ਮੇਰਾ ਚੈਲੰਜ ਕਬੂਲ ਕਰੋ, ਆਹ ਤਲਵਾਰ ਤੁਹਾਡੇ ਹੱਥ 'ਚ ਹੋਊਗੀ। ਤੋ ਤੁਸੀਂ ਮੰਨੋ ਕਿ ਮੇਰੇ ਵਿੱਚ ਭਾਈ ਮਨੀ ਸਿੰਘ ਆ ਗਏ ਨੇ, ਮੇਰੇ ਫਲਾਣਾ ਸ਼ਹੀਦ ਆ ਗਿਆ, ਮੈਂ ਨਿਮਰਤਾ ਨਾਲ ਬਹਿ ਕੇ ਤੁਹਾਨੂੰ ਸਵਾਲ ਕਰੂੰਗਾ ਹੁਣ ਦੱਸੋ ਕਿਹੜਾ ਸਿੰਘ ਬੋਲਦਾ, ਸੋਚੋ ਕਿਹੜਾ ਸਿੰਘ ਬੋਲਦਾ। ਬਾਬਾ ਬੁੱਢਾ ਸਾਹਿਬ ਜੀ ਆ, ਬੋਤਾ ਸਿੰਘ, ਬਾਬਾ ਬੋਤਾ ਸਿੰਘ ਜੀ। ਅਗਲੇ ਸਵਾਲ, ਸਾਡੇ ਸਵਾਲਾਂ ਦਾ ਜਵਾਬ ਦਿਓ ਮੇਰੇ ਦਾ। ਕੋਈ ਜਵਾਬ ਨਹੀਂ ਮੈਨੂੰ, ਕੋਈ ਸਵਾਲ ਨਹੀਂ, ਬਿਲਕੁਲ ਪਖੰਡ ਕਰ ਰਿਹਾ ਤੂੰ, ਬਿਲਕੁਲ ਪਖੰਡ ਕਰ ਰਿਹਾ ਤੂੰ ਪ੍ਰਸ਼ਾਸਨ ਦੀ ਆਰਜ਼ੀ ਵਿੱਚ, ਬਿਲਕੁਲ ਪਖੰਡ ਕਰ ਰਿਹਾ। ਮੈਂ ਪ੍ਰਸ਼ਾਸਨ ਨੂੰ ਬਾਹਰੋਂ ਆਏ ਹੋਣੇ ਹੱਥ ਕੱਢੀ ਜਾ ਕੇ, ਚਲੋ ਬਾਹਰ ਨੂੰ ਦੇ ਕੇ ਚਲੋ, ਮੈਂ ਨਹੀਂ ਇਹ ਗੱਲ ਨਾਲ ਮਤਲਬ ਹੈਗਾ, ਜਾਂ ਸਾਡੇ ਸਵਾਲਾਂ ਜਵਾਬ ਦੇ ਇੱਥੇ ਆਪਦੀ ਮਤ ਤੋਂ ਸਾਰੀ ਦੁਨੀਆਂ ਨੂੰ, ਸਾਡੀ ਕੌਮ ਨੂੰ ਬੇੜਾ ਗਰਕ ਕਰਨ ਡਿਆ ਏ, ਸਾਡੀ ਕੌਮ ਦਾ ਬੇੜਾ ਗਰਕ ਕਰਨ ਡਿਆ ਏ। ਮੇਰੇ ਸਵਾਲਾਂ ਜਵਾਬ ਦੇਵੇ ਨਹੀਂ, ਮੇਰਾ ਸਿਰ ਮੈਂ ਕੱਟਣਾ ਜਿਹਦਾ, ਹਾਂ ਕੱਟਾਂਗੇ, ਤੂੰ ਜਵਾਬ ਦੇ ਸਕਦਾ। ਮੈਂ ਪਰਿਵਾਰ ਦੇ ਵਿੱਚੋਂ ਪੁੱਛੂਗਾ, ਤੈਨੂੰ ਦੱਸੋ ਬਾਬੇ ਦੀਪ ਸਿੰਘ ਦਾ ਦੱਸੋ ਮੈਨੂੰ, ਭਾਈ ਮਣੀ ਸਿੰਘ ਦੱਸੋ ਮੈਨੂੰ, ਗੋਤਾ ਸਿੰਘ ਦੱਸੋ, ਭਾਈ ਗੱਜਾ ਸਿੰਘ ਦੱਸੋ ਮੈਨੂੰ। ਚਲੋ ਬਾਈ ਆਪਾਂ ਸੇਵਾ ਕਰੀਏ, ਕੋਈ ਸੇਵਾ ਕਰੋ, ਆਦੋ ਵੀ ਅਸੀਂ ਤਾਂ ਦਿਮਾਗ ਸਹੀ ਕਰਨ ਵਾਲੇ ਹਾਂ, ਸਾਡੀ ਜਦੋਂ ਵੀ ਦਿਮਾਗ ਸਹੀ ਕਰਨ ਵਾਲੀ ਆ। ਬਾਬਾ ਜੀ ਕੋਈ ਸੰਗਤ ਇਹ ਕਰਦੀ ਹੈ ਸਮਝਦੀ ਹੈ ਉਹ ਭਾਈ ਗੁਰੂ ਮਾਂ ਦੇ ਨਾਲ ਲੱਗੂ, ਬਸ ਆਹੀ ਗੱਲ ਨਾਲ ਸਹਿਮਤ ਆ, ਪਰ ਕਿਰਪਾ ਵਾਲਾ ਸਥਾਨ ਨਹੀਂ ਨਾ ਹੈਗਾ, ਅਸਥਾਨ ਦੀ ਪਵਿੱਤਰਤਾ ਵੇਖੀ ਨਾ ਆਪਾਂ, ਧਿਆਨ ਨਾਲ ਗੁਰਕਾ ਸਾਹਿਬ ਉੱਪਰ। ਅੱਜ ਅਸੀਂ ਗੁਰਦੁਆਰਾ ਜੋ ਫਿਰੋਜ਼ਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ, ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇਂ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦੱਸਾਂ ਮਾਣਮੱਤ ਬੜੇ ਵੱਡੇ ਪੱਧਰ 'ਤੇ ਹੋ ਰਹੀ ਸੀ, ਜਿਹਦੀਆਂ ਕਿ ਅਸੀਂ ਗੁਪਤ ਤੌਰ 'ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ, ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਵੀ ਦਿੱਤੀਆਂ, ਉਹ ਵੀਡੀਓ ਤੁਹਾਨੂੰ ਪ੍ਰੈਸ ਨੂੰ ਵੀ ਦੇਵਾਂਗੇ ਕਿ ਉਸ ਵੀਡੀਓ 'ਚ ਕਿਸ ਤਰ੍ਹਾਂ ਬਾਬਾ ਸਰਵਣ ਸਿੰਘ ਜੀ ਕਹਿੰਦੇ ਸੀ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ, ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣੀਆਂ, ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ, ਕਦੀ ਕੋਈ ਹਰੇਕ ਸ਼ਹੀਦ ਸਿੰਘ ਸ਼ਹੀਦੀਆਂ ਨਾ ਲੈ ਕੇ, ਜਦੋਂ ਕਿ ਕੁਛ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ। ਅਸੀਂ ਬਾਬਾ ਜੀ ਨੂੰ ਚੈਲੰਜ ਕੀਤਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਵੀ ਸਾਡੇ ਸ਼ਹੀਦ ਸਿੰਘ ਆਉਂਦੇ ਆ, ਤੁਹਾਡੇ ਤੁਸੀਂ ਦੱਸੋ, ਅਸੀਂ ਸਵਾਲ ਕਰਾਂਗੇ, ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ, ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰਾਂਗੇ, ਜਿਹੜੇ ਤੁਹਾਨੂੰ ਸ਼ਹੀਦ ਸਿੰਘ ਤੁਸੀਂ ਆਉਂਦੇ ਉਹਨਾਂ ਸ਼ਹੀਦਾਂ ਸਿੰਘਾਂ ਨਾਲ ਗੱਲ ਕਰਾਂਗੇ, ਪਰ ਬਾਬਾ ਜੀ ਉਹਨਾਂ ਦੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ। ਤੁਹਾਡੀ ਬਾਬਾ ਜੀ ਨਾਲ ਗੱਲ ਹੋਈ? ਬਿਲਕੁਲ, ਅੰਦਰ ਕਹਿੰਦੇ ਸੀ, ਅੰਦਰ ਉਹਨਾਂ ਅੱਜ ਫਿਰ ਡਰਾਮਾ ਕੀਤਾ
ਮੇਰੇ ਸਾਹਮਣੇ ਕਿ ਬਾਬਾ ਬੋਤਾ ਸਿੰਘ ਸ਼ਹੀਦ, ਬੋਤਾ ਸਿੰਘ ਅਤੇ ਗਰਜਾ ਸਿੰਘ ਤੁਸੀਂ ਸੁਣਿਆ, ਬਹੁਤ ਤਕੜੀ ਮਹਾਨ ਸ਼ਖਸੀਅਤ ਆ, ਕੌਮ ਦੇ ਵੱਡੇ ਵੱਡੇ ਸ਼ਹੀਦ ਨੇ। ਕਹਿੰਦੇ ਨੇ ਕਿ ਬਾਬਾ ਜੀ ਆ ਗਏ ਨੇ, ਬਾਬਾ ਬੋਤਾ ਸਿੰਘ ਹੱਥ ਮਾਰਨ ਲੱਗ ਪਏ, ਅਤੇ ਸਾਡੇ ਕੋਲ ਵੀਡੀਓ ਬਣੀ, ਅੱਜ ਦੀ ਵੀਡੀਓ ਬਣੀ ਆ, ਅਤੇ ਬਾਬਾ ਬੋਤਾ ਸਿੰਘ ਜੀ ਆ ਗਿਆ। ਜਦੋਂ ਮੈਂ ਕਿਹਾ ਵੀ ਲਓ ਮੇਰੇ ਸਵਾਲਾਂ ਜਵਾਬ, ਕਹਿੰਦੇ ਕਿਸੇ ਕਿਸੇ ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ, ਨਾ ਦੇ ਸਕਦੇ ਹਾਂ। ਅਸੀਂ ਬਕਾਇਦਾ ਅਸੀਂ ਕਾਲ ਤਖਤ ਸਾਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ। ਧਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨੇ ਸਾਡਾ ਬੜਾ ਇੰਟਰਨੈਸ਼ਨਲ ਪੰਥਕ ਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਧਰਨ ਸਿੰਘ ਦਾ, ਅਸੀਂ ਜੋ ਰਿਪੋਰਟ ਕੀਤੀ ਕਾਲ ਤਖਤ ਸਾਹਿਬ ਤੋਂ ਰਿਪੋਰਟ ਆਈ ਹੈ, ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨਹੀਂ ਕੀਤੀ। ਅਸੀਂ ਸਵੇਰ ਤੋਂ SSP ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ, ਫਿਰ ਉਹਨਾਂ ਨੇ DSP 2 DSP ਨੇ ਜਿਨ੍ਹਾਂ ਦੀ ਡਿਊਟੀ ਲਾਈ ਆ, ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ DSP ਜਿਹੜੇ ਉਹ ਆਏ ਨੇ, ਉਹਨਾਂ ਨੇ ਪੂਰੀ ਗੁਰਮਰਿਆਦਾ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਣੀ ਸਾਹਿਬ ਇਹ ਸ਼ੋਭਤ ਹੋਣਗੇ, ਸਰੂਪ ਜਿਹੜੇ ਤੇ ਨੇ ਸਰੂਪ ਦੇ ਨਾਲ ਪੋਥੀਆਂ ਨੇ ਉੱਥੇ ਸ਼ੋਭਤ ਕੀਤੇ ਜਾਣਗੇ। ਔਰ ਦੂਜੀ ਰਹੀ ਕਾਰਵਾਈ ਦੀ ਗੱਲ, ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ, ਅਤੇ ਇਹ ਕੇਸ 5 ਪਿਆਰੇ ਅਕਾਲ ਤਖਤ ਸਾਹਿਬ ਉਹਨਾਂ ਨੂੰ ਦਿੱਤਾ ਜਾਵੇਗਾ। ਦਾਸ ਬਾਬਾ ਸਨਾਮ ਸਿੰਘ, ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ। ਕੀ ਨਾਂ ਤੁਹਾਡਾ ਤੇ ਕੀ ਮਾਮਲਾ ਕੀ ਹੈ ਸਰ? ਬਾਬਾ ਸਰਵਨ ਸਿੰਘ ਹੈ। ਕੀ ਮਸਲਾ? ਜੀ ਮਸਲਾ ਹੈ ਕਿ ਸਾਡਾ ਜਵਾਈ ਹੈ ਅਤੇ ਇੱਕ ਇਹ ਬੰਦਾ ਭੱਲਾ, ਹਾਂਜੀ, ਜਿੱਦਾਂ ਸ਼ਹੀਦਾਂ ਸਿੰਘਾਂ ਦੇ ਪਹਿਰੇ ਆ, ਚਾਣਕਾਂ ਦੇ ਮੂਵੀਆਂ ਬਣਾ ਲੈਂਦੀਆਂ, ਮੂਵੀਆਂ ਬਣਾ ਕੇ ਇਹਨਾਂ ਨੇ ਮਤਲਬ ਸਰੋਣੀ ਪੇਟੀ ਅਕਾਲ ਦਾ ਦਰਖਾਸਤ ਦਿੱਤੀ, ਬਾਬਾ ਪਹਿਰੇ ਆਉਂਦੇ ਆ ਬਾਹਾਂ ਮਾਰਦਾ, ਜਿਹੜਾ ਕਿ ਜਿਨ੍ਹਾਂ ਦੇ ਪਹਿਰੇ ਆਉਂਦੇ ਆ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਸਰੀਰ ਨਾਲ ਕੀ ਹੁੰਦਾ, ਹਾਂਜੀ, ਇਹ ਪਹਿਰੇ ਵਾਲੇ ਜਾਣਦੇ ਆ ਵੀ ਕੀ ਹੁੰਦਾ, ਜਾਂ ਕੋਈ ਜਾਣਕਾਰ ਹੋਵੇ, ਹਾਂਜੀ, ਜੇ ਤਾਂ ਪਹਿਰੇ ਆਉਂਦੇ ਆ ਸਾਨੂੰ ਨਹੀਂ ਪਤਾ ਸਾਡੇ ਨਾਲ ਕੀ ਹੋ ਰਿਹਾ। ਇਹ ਲੋਕ ਮੂਵੀਆਂ ਬਣਾ ਲੈਂਦੇ ਆ, ਮੂਵੀਆਂ ਬਣਾ ਕੇ ਸ਼੍ਰੋਮਣੀ ਕਮੇਟੀ ਦੇ ਸ਼ਿਕਾਇਤ ਕਰ ਦਿੰਦੇ ਆ ਵੀ ਬਾਬਾ ਜੀ ਬੋਤਾ ਸਿੰਘ ਆਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿਸ ਤਰ੍ਹਾਂ ਅਸੀਂ ਇਹਨੂੰ ਮੰਗਦੇ ਨਹੀਂ, ਹਾਂਜੀ, ਉਹਨੇ ਮਹਾਰਾਜ ਦੇ ਸਰੂਪ ਲੈ ਚੱਲੇ ਨੇ। ਹਾਂ, ਸਰੂਪ ਲੈ ਚੱਲੇ, ਪੋਥੀਆਂ ਲੈ ਚੱਲੇ ਆ ਮਹਾਰਾਜ ਸਿੰਘ। ਗੁਰਦੁਆਰਾ ਇਹ 25 ਸਾਲ ਪੁਰਾਣਾ ਗੁਰਦੁਆਰਾ, ਕਿਹੜੇ ਨਾਮ 'ਤੇ ਬਣਿਆ? ਬਾਬੇ ਦੀਪ ਸਿੰਘ ਸ਼ਹੀਦਾਂ ਸਿੰਘਾਂ ਦੇ ਨਾਂ 'ਤੇ, ਬਾਬਾ ਦੀਪ ਸਿੰਘ, ਹਾਂਜੀ, ਬਾਬਾ ਦੀਪ ਸਿੰਘ ਸ਼ਹੀਦਾਂ ਸਿੰਘਾਂ ਦੇ ਨਾਂ 'ਤੇ, ਸ਼ਹੀਦਾਂ ਸਿੰਘਾਂ ਦੇ ਅਸੀਂ ਸਾਡਾ ਪਰਿਵਾਰ ਜਿਹੜਾ ਕੀ ਪੁੱਛਾ ਪੱਛਾ ਦਿੱਤੀਆਂ ਜਾਂਦੀਆਂ ਸੀ, ਕੋਈ ਤਾਕਤ ਵੀ ਦਿੱਤੀ? ਨਹੀਂ, ਪੁੱਛਾ ਨਹੀਂ ਦਿੰਦੇ, ਸ਼ਬਦ ਫੋਟੋ ਕਰ ਦਿੱਤੀ ਹੈ, ਜਿਹੜਾ ਦੁੱਖ ਤਕਲੀਫ ਵਾਲਾ ਵੀ ਸ਼ਬਦ ਪੜ੍ਹੋ, ਅਰਦਾਸੀਏ ਸ਼ਬਦ ਹੁੰਦੇ, ਸ਼ਬਦ ਪੜ੍ਹੋ, ਹੋਰ ਪੁੱਛਾਂ ਵਾਲਾ ਇੱਥੇ ਕੋਈ ਕੰਮ ਨਹੀਂ, ਸ਼ਬਦ ਦੱਸੇ ਜਾਂਦੇ ਆ, ਗੁਰਬਾਣੀ ਦੇ ਸ਼ਬਦ ਦੱਸੇ ਜਾਂਦੇ ਆ।